ਇੱਧਰ ਵੀ ਲੋਕ ਹੁਣ ਅਸੀਂ ਚੱਲੇ ਆ, ਮਹਿਮਾਨ ਬਹੁਤ ਹੀ ਜ਼ਿਆਦਾ ਆ ਗਏ ਨੇ ਉਹਨਾਂ ਦੇ ਘਰ ਨਾ, ਤੇ ਬਹੁਤ ਜ਼ਿਆਦਾ ਮਹਿਮਾਨ ਆ ਗਏ ਨੇ ਤੇ ਹੁਣ ਅਸੀਂ ਚੱਲੇ ਆ ਨਾਸ਼ਤਾ ਲੈਣ, ਤੇ ਨਾਸ਼ਤਾ ਲੈਣ ਮੈਂ ਤੇ ਐ ਸੁਹੇਲ ਚੱਲੇ ਆ, ਤੇ ਐ ਬਾਕੀ ਸੈਰ ਕਰ ਰਹੇ ਨੇ ਆਪਣੇ ਚਾਚੇ ਦੇ ਬੇਟੇ ਅਲੀ ਦੂਸਰਾ ਜੀਦਾ, ਐ ਸਾਰੇ ਸੈਰ ਕਰਨ ਆਏ ਨੇ ਤੇ ਅਸੀਂ ਚੱਲੇ ਆ ਕਿਲੇ। ਅੱਛਾ ਪਿੰਡ ਦੀ ਸਭ ਤੋਂ ਵਧੀਆ ਚੀਜ਼ ਕੀ ਹੈ ਕਿ ਲੋਕ ਸਭ ਤੋਂ ਜ਼ਿਆਦਾ ਜਿਹੜੇ ਨੇ ਨਾ ਪਸੰਦ ਕਰਦੇ ਨੇ ਸੁਬਹ ਸੁਬਹ ਦੀ ਸੈਰ, ਜੋ ਕਿ ਸ਼ਹਿਰ ਚ ਨੀ ਕਰਦੇ। ਸੁਬਹ ਸੁਬਹ ਲੋਕ ਉੱਠ ਜਾਂਦੇ ਨੇ, ਸੁਬਹ ਸੁਬਹ ਹੀ ਸੈਰ ਕਰਕੇ ਮੇਲਾ ਲੱਗਾ ਮੇਲੇ ਵੱਲ ਜਾ ਰਹੇ ਨੇ, ਆ ਰਹੇ ਨੇ। ਅੱਛਾ ਯਾਰ ਅਸੀਂ ਪਹੁੰਚ ਗਏ ਹਾਂ ਨਾਸ਼ਤਾ ਲੈਣ, ਤੇ ਨਾਸ਼ਤਾ ਲੈਣਾ ਸਾਨੂੰ ਪਿੰਡ ਤੋਂ ਤਕਰੀਬਨ 15 ਮਿੰਟ ਤੋਂ ਫਾਸਲੇ, 15 ਮਿੰਟ ਦੇ ਫਾਸਲੇ 'ਤੇ ਆਉਣਾ ਪਿਆ ਹੈ ਕਿਲ੍ਹਾ ਅਹਿਮਦਾਬਾਦ ਉੱਥੋਂ। ਅੱਛਾ ਪਿੰਡ ਦੇ ਵਿੱਚ ਕੋਈ ਚੀਜ਼ ਨਹੀਂ ਨਾ ਮਿਲਦੀ ਅਤੇ ਉਹਦੇ ਵਾਸਤੇ ਸਪੈਸ਼ਲ ਆਉਣਾ ਪੈਂਦਾ ਸ਼ਹਿਰ, ਅਤੇ ਅਸੀਂ ਆਏ ਹਾਂ ਕਿਲ੍ਹਾ ਅਹਿਮਦਾਬਾਦ। ਅੱਛਾ ਜੀ ਹੁਣ ਅਸੀਂ ਚੱਲੇ ਹਾਂ ਕ੍ਰਿਕਟ ਖੇਡਣ, ਕਿਉਂਕਿ ਮੇਲੇ 'ਚ ਜੇ ਕਾਫੀ ਟਾਈਮ ਹੈ ਅਤੇ ਮੈਂ ਕਿਹਾ ਹੁਣ ਕ੍ਰਿਕਟ ਖੇਡ ਲਈਏ। ਅਤੇ ਕ੍ਰਿਕਟ ਉਹ ਮੁੰਡੇ ਬੜਾ ਕਹਿ ਰਹੇ ਹਨ ਕਿ ਕੱਲ੍ਹ ਵੀ ਆਉਣਾ ਸੀ, ਕੱਲ੍ਹ ਨਹੀਂ ਸੀ ਗਿਆ ਸੀ, ਅਤੇ ਹੁਣ ਅਸੀਂ ਕਿਹਾ ਕਿ ਚਲੋ ਅੱਜ ਤੁਰ ਜਾਂਦੇ ਹਾਂ। ਅਤੇ ਅੱਜ ਅਹਿਮਦ ਹੈ, ਸੁਲੇਮਾਨ ਹੈ ਆ ਭਾਈ ਨਵਾਂ ਹੈ, ਅਤੇ ਉਹ ਛੋਜਾ ਹੈ ਸ਼ਰੋਜ਼, ਉਹਦਾ ਅਸਲ ਨਾਂ ਹੈ ਛੋਜਾ ਛੋਜਾ ਆਲੀ ਹੈ। ਐ ਸਾਡਾ ਦਾਊਦ, ਦਾਊਦ ਹੈ ਹੱਥ ਲਾ, ਨਹੀਂ ਦਾਊਦ ਨੂੰ ਬੁਖਾਰ ਹੋਇਆ ਸੀ ਅਤੇ ਦਾਊਦ ਦੀ ਜ਼ਰਾ ਤਬੀਅਤ ਖਰਾਬ ਹੈ, ਨਹੀਂ ਤਾਂ ਤੁਹਾਨੂੰ ਹੱਥ ਕੀ ਦੋਵੇਂ ਬਾਹਾਂ ਇੰਨੀਆਂ ਕਰਕੇ ਪਾਉਣੀਆਂ। ਅੱਛਾ ਯਾਰ ਤੁਹਾਡਾ ਭਰਾ ਨਹਾ ਧੋ ਕੇ ਸਾਫ਼ ਸੁਥਰਾ ਹੋ ਕੇ ਮੇਲੇ ਦੀ ਤਿਆਰੀ ਕਰ ਰਿਹਾ, ਅਤੇ ਤਿਆਰੀ ਕੀ ਕਰ ਲਈ ਹੈ, ਮੇਲੇ 'ਤੇ ਹੀ ਆ ਗਏ ਅਸੀਂ, ਇਹ ਮੇਲੇ ਵਾਲੀ ਜਗ੍ਹਾ ਹੈ, ਫੈਮਿਲੀ ਦੇ ਨਾਲ ਆਇਆ ਵਾਂ ਇਸ ਵਾਰ, ਅਤੇ ਫਿਰ ਦੁਬਾਰਾ ਜਾਵਾਂਗਾ, ਫਿਰ ਮੈਂ ਕਜ਼ਨਾਂ ਦੇ ਨਾਲ ਆਵਾਂਗਾ। ਅੱਛਾ ਇਹ ਮੇਲਾ ਹੈ, ਇਹ ਦਰਬਾਰ ਹੈ, ਇੱਥੇ ਮੇਲਾ, ਇਹ ਢੋਲ ਦੀ ਆਵਾਜ਼ ਸੁਣਾਈ ਦੇ ਰਹੀ ਹੈ। ਇਹ ਜਿਹੜੇ ਲੋਕ ਚਾਦਰ ਚੜਾਉਂਦੇ ਨੇ ਆਪਣੇ ਪੀਰਾਂ ਨੂੰ, ਇਹ ਉਹ ਚਾਦਰ ਲੈ ਗਏ ਨੇ ਚਾਦਰ ਚੜਾਉਣ ਵਾਸਤੇ ਆਪਣੇ ਪੀਰਾਂ ਨੂੰ, ਅਤੇ ਉਹ ਢੋਲ ਆਪਣਾ ਲੈ ਕੇ ਆਉਂਦੇ ਨੇ, ਅਤੇ ਉਹ ਢੋਲ ਲੈ ਗਏ ਨੇ ਆਪਣਾ ਅਤੇ ਚਾਦਰ ਚੜਾਉਣ ਗਏ ਹੁਣ ਅੰਦਰੋਂ। ਮੰਨ ਮੈਂ ਤੁਹਾਨੂੰ ਕਿਸ ਤਰ੍ਹਾਂ ਚਾਹੀ ਦਰਬਾਰ ਨੂੰ, ਉੱਥੇ ਮੇਨ ਦਾ ਦਰਵਾਜ਼ਾ ਵੀ ਲੱਗਦਾ ਸੀ ਜਿੱਥੇ ਲੋਕ ਉਹ ਆਪਣਾ ਲੈ ਗਏ ਨੇ ਚਾਦਰ ਚੜਾਉਣ ਵਾਸਤੇ, ਅਤੇ ਇਹ ਉਹਨੂੰ ਇੱਕ ਲੈਦਾ ਦਰਵਾਜ਼ਾ ਲੱਗਦਾ, ਇਹ ਦਰਬਾਰ ਹੈ, ਇਹ ਉਹਨਾਂ ਦੇ ਮਰੀਜ਼ਾਂ ਵਗੈਰਾ ਦੀਆਂ ਨਾ ਕੱਪੜਾਂ ਭਰੀ, ਅਤੇ ਉਹ ਲੰਗਰ ਸ਼ਰੀਫ ਤਿਆਰ ਕਰ ਰਹੇ ਨੇ। ਜਿੰਨੇ ਵੀ ਦੂਰ ਤੋਂ ਸਿੰਧ ਵਗੈਰਾ ਤੋਂ ਆਉਂਦੇ ਨੇ ਨਾ, ਉਹਨਾਂ ਵਾਸਤੇ ਸਪੈਸ਼ਲ ਖਾਣਾ ਵਗੈਰਾ ਤਿਆਰ ਕਰਦੇ ਨੇ, ਤਾਂ ਕਿ ਉਹ ਜੇ ਰੁਕਣਾ ਵੀ ਚਾਹੁਣ ਤਾਂ ਰੁਕ ਜਾਣ। ਇਹ ਦਰਬਾਰ ਹੈ, ਉਹ ਖਾਣਾ ਤਿਆਰ ਕਰ ਰਹੇ ਨੇ। ਅੱਛਾ ਹਨੇਰੀ ਬੜੀ ਚੱਲ ਰਹੀ ਹੈ, ਅਤੇ ਕਿਸ਼ਤੀ ਲੈਣ ਦਾ ਜ਼ਿਹਨ ਹੈ ਸਾਰਿਆਂ ਦਾ, ਕਿਸ਼ਤੀ ਲੈਣੀ ਹੈ। ਅੱਛਾ ਇੱਥੇ ਦੀ ਕਿਸ਼ਤੀ ਉਹਦੇ ਨਾਲ ਬਹੁਤ ਜ਼ਿਆਦਾ ਵੱਡੀ ਹੈ ਅਤੇ ਕਾਫੀ ਉੱਚੀ ਜਾਂਦੀ ਹੈ, ਅਤੇ ਦਿੰਦੇ ਹਾਂ ਹੁਣ ਜੇ ਪਰ ਹੈਡ ਉਹਨੇ ਕਿਹਾ 100 ਰੁਪਇਆ, ਜੇ ਕੁਝ ਘੱਟ ਵਗੈਰਾ ਕਰੇਗਾ ਤਾਂ ਫਿਰ ਸਾਰਿਆਂ ਨੂੰ ਨਾ ਝੂਲਾ ਦਵਾਵਾਂਗੇ ਇਹਦੇ 'ਤੇ, ਕਿਸ਼ਤੀ ਦੇ ਉੱਤੇ। ਅਜੇ ਤਾਂ ਵੈਸੇ ਖਿੱਚ ਨਹੀਂ ਰਿਹਾ, ਲੇਕਿਨ ਜੋ ਈਦਗਾਹ ਵਾਲੇ ਬੱਚੇ ਨੇ ਖਿੱਚੀ ਹੈ ਨਾ ਕਿਸ਼ਤੀ, ਕਮਾਲ ਕਰ ਦਿੱਤਾ ਸੀ ਉਹਨੇ, ਥੈਂਕ ਯੂ ਯਾਰ। ਲੋ ਜੀ ਅਸੀਂ ਲੀਲੀਆਂ ਟਿਕਟਾਂ ਇਹਦੀਆਂ ਕਿਸ਼ਤੀ ਦੀਆਂ, ਅਤੇ ਕਿਸ਼ਤੀ ਦੇ ਵਿੱਚ ਇਹ ਜੂਠ ਅਹਿਮਦ ਵੀ ਹੈ, ਅਤੇ ਅਸੀਂ ਸਾਰੇ ਹੀ ਆਏ ਹਾਂ, ਫੈਮਿਲੀ ਵਾਲੇ ਜਿੰਨੇ ਵੀ ਆ ਅਸੀਂ ਸਾਰੇ ਹੀ ਆਏ ਹਾਂ। ਅੱਛਾ ਉਹ ਜਿਹੜੀ ਜਗ੍ਹਾ ਵੇਖਣ ਦਿਓ ਨਾ, ਉੱਥੇ ਲੱਗੀ ਮੈਂ ਦਾੜੀ ਸੱਪਾਂ ਦੀ, ਪਤਾ ਨਹੀਂ ਕੋਈ ਕੱਟਾ ਵਗੈਰਾ ਕਰਦੇ ਨੇ ਸੱਪ, ਆਓ ਅਤੇ ਮੇਲਾ ਚੈੱਕ ਕਰੋ। ਐਲੀ ਉਹ ਦਰਬਾਰ ਮੇਲਾ ਲੱਗਾ,
ਬਾਬਾ ਕਿ 15-20 ਮਿੰਟਾਂ ਬਾਅਦ ਕਿਸ਼ਤੀ ਚੱਲਣ ਲੱਗੀ ਤੇ ਕਿਸ਼ਤੀ ਚਲਾਉਣ ਤੋਂ ਗਿਆ ਨਿੱਕੇ ਨਿੱਕੇ ਪਾਲਾਂ ਨੂੰ ਅੱਜ ਕੱਲ੍ਹ ਡਿਊਟੀ ਤੇ ਲਾਇਆ ਹੋਇਆ ਇਹਨਾਂ ਨੇ ਪਤਾ ਨੀ ਕੀ ਪਾਲਾਂ ਨੂੰ ਜੋਸ਼ ਚਾੜਿਆ ਜੋਸ਼ ਅੰਦਰੋਂ ਪੂਰਾ ਜੋਸ਼ ਚਾੜਿਆ ਇਹਨਾਂ ਨੂੰ ਤੇ ਚਲਾਉਣ ਗਿਆ ਗੱਡੀ ਦੇਖੋ ਕਿੱਥੇ ਅਸਮਾਨ ਤੱਕ ਤੇ ਜਾਏਗੀ ਜ਼ਰੂਰ ਮੇਰਾ ਖਿਆਲ ਹੈ ਬਾਜ਼ੀਆਂ ਚੈੱਕ ਕਰੋ ਜੀ ਇਹਦੀਆਂ ਬਾਜ਼ੀਆਂ ਲਾਉਣ ਡਿਆ ਤੇ ਲਾਓ ਜੀ ਬਾਜ਼ੀ ਹਾਂਜੀ ਚਲੋ ਬਸ ਇੰਨੀ ਭਰੀ ਹਾਂਜੀ ਚਿੜੀਏ ਜੱਟ ਦੀ ਚੜਾਈ ਚੈੱਕ ਕਰੋ ਅਜਿਹਾ ਮੁੰਡਾ ਚਲਾ ਡਿਆ ਤੁਸੀਂ ਇੰਡੀਅਨ ਡਰਾਮਿਆਂ 'ਚ ਚੈੱਕ ਕਰਦੇ ਚੂੜੀਆਂ ਵੀ ਲੱਗੀਆਂ ਇੱਥੇ ਟੀਫਨ ਖਿਲੌਣੇ ਕੱਪ ਅੱਛਾ ਇਸ ਤਰ੍ਹਾਂ ਦੀਆਂ ਬੜੀਆਂ ਸ਼ਾਪਾਂ ਨੇ ਜਿਹਦੇ 'ਤੇ ਮਤਲਬ ਕਿ ਬੜੀਆਂ ਬੜੀਆਂ ਚੀਜ਼ਾਂ ਲੱਗੀਆਂ ਬ੍ਰੈਸਲੈਟ ਵਗੈਰਾ ਕੜੀਆਂ ਵਗੈਰਾ ਅਤੇ ਖਿਲੌਣੇ ਵਗੈਰਾ ਵੀ ਆਹ ਵੇਖੋ ਇਹਦੇ ਇੱਕ ਸ਼ੋਪ ਲੱਗਦੀ ਸੀ ਪਿੱਕ ਖਿੱਚ ਕੇ ਨਾ ਐਡਿਟ ਕਰਕੇ ਨਾ ਅਤੇ ਉਹ ਲਗਾਉਂਦਾ ਸੀ ਉਹ ਦੁਕਾਨ ਮੇਰੇ ਕਹਿੰਦਾ ਬੰਦ ਹੋ ਗਈ ਚੈੱਕ ਕਰੋ ਅੱਛਾ ਇੱਥੇ ਖਾਣ ਪੀਣ ਦੀਆਂ ਵੀ ਹੈ ਨੇ ਦਹੀਂ ਭੱਲੇ ਗੋਲ ਗੱਪੇ ਵਗੈਰਾ ਆਈਸਕ੍ਰੀਮ ਅੱਛਾ ਇਹਦੇ 'ਤੇ ਇੱਥੇ ਦੀ ਜਿਹੜੀ ਚੀਜ਼ ਹੈ ਨਾ ਮਿਸੂ ਮੈਨੂੰ ਬੜੀ ਪਸੰਦ ਹੈ ਸ਼ਾਇਦ ਕਿਸੇ ਨੂੰ ਪਸੰਦ ਨਾ ਹੋਵੇ ਮਿਸੂ ਬੜੀ ਅੱਛੀ ਚੀਜ਼ ਹੈ ਜਲੇਬੀਆਂ ਪਕੌੜੇ ਪਹਿਲੇ ਨਾਨ ਵੀ ਨੇ ਨਾਲ ਮਿਸੂ ਇਹ ਮਿਸੂ ਨੇ ਇਹ ਮਿਸੂ ਮਿਕਸ ਇਹ ਮਿੱਠੇ ਹੁੰਦੇ ਨੇ ਬੜੇ ਹੀ ਮਜ਼ੇਦਾਰ ਪਿੰਡਾਂ ਵਾਲਿਆਂ ਨੂੰ ਪਸੰਦ ਕੋਈ ਨਹੀਂ ਸਾਨੂੰ ਸ਼ਹਿਰ ਨੂੰ ਪਸੰਦ ਆ ਚੱਲ ਕਰੋ ਪਿੰਡ ਦਾ ਵਿਊ ਚੈੱਕ ਕਰੋ ਪਿੱਛੇ ਹਵਾਵਾਂ ਚੱਲ ਰਹੀਆਂ
ਸਮਝ ਉਰੇ ਆਉਂਦੀ ਪਈ ਹੈ ਕਿ ਨਹੀਂ, ਲੇਕਿਨ ਬੜਾ ਹੀ ਮਜ਼ੇ ਦਾ ਮੌਸਮ ਹੋਇਆ ਹੈ। ਸਹੀ ਨਾ, ਮਿਸ ਨਾ ਕਰੀ ਬਸ। ਆਹੋ ਬੜਾ ਮਜ਼ੇ ਦਾ ਮੌਸਮ ਹੋਇਆ ਹੈ, ਚੈੱਕ ਕਰੋ। ਅੱਛਾ ਜੀ, ਬੱਚਿਆਂ ਨੂੰ ਨਾ ਝੂਲਾ ਝੁਲਵਾਉਣਾ ਹੈ, ਦਾਊਦ ਮਜ਼ਾ ਆਇਆ ਹੈ? ਬੱਚਿਆਂ ਨੇ ਜ਼ਿੱਦ ਕੀਤੀ ਇਹ ਹੀ ਝੂਲਾ ਲੈਣਾ ਹੈ। ਕੀ ਸੀ ਆਲਾ ਦਾਊਦ, ਉੱਪਰ ਜਾਣਾ ਉੱਪਰ। ਇਹ ਕਿਹਾ ਜੀ ਸਾਡੇ ਨੇ, ਆ ਜਾ ਬੀਆ। ਇੱਥੇ ਚਾਚੇ ਹੀ ਹੋਰਾਂ ਲਾਇਆ, ਇਹਦੇ ਵਿੱਚ ਕਰਾਇਆ ਪਾਓਗੇ ਤੇ ਉਨੇ ਪੈਸੇ ਮਿਲਣਗੇ, ਜਿਹੜਾ ਪਾ ਲਵੇ ਉਹਨੂੰ ਉਨੇ ਪੈਸੇ, ਤੇ ਜੇ ਕਿਸੇ ਨੇ ਦੁਬਾਰਾ ਟਰਾਈ ਕਰਨਾ ਉਹ ਲੈਦਾ। ਕਿਆ ਕਰੋ ਜੀ, ਮੇਲੇ ਵੀ ਹੋਣ। ਇਹ ਜੀ ਇਹ ਮੁੰਡੇ ਨੇ ਲਿਆ ਪਿਸਟਲ 1600 ਰੁਪਏ ਦਾ, ਠੀਕ ਹੈ, ਛੱਲਿਆਂ ਵਾਲਾ, ਅਤੇ ਨਾ ਹੈ ਮਜ਼ਬੂਤ, ਲੇਕਿਨ ਉਹਦੀ ਨਾ ਵਾਲਦਾ ਨੇ ਕਿਹਾ ਕਿ ਨਹੀਂ ਨਹੀਂ ਲੈਣਾ, ਇੱਦਾਂ ਮਹਿੰਗਾ ਨਹੀਂ ਲੈਣਾ। ਹੁਣ ਵਾਪਸ ਕਰਾਉਣ ਚੱਲੇ ਹਾਂ, ਤਾਂ ਵੇਖੋ ਜੇ ਵਾਪਸ ਕਰਦਾ ਦੁਕਾਨਦਾਰ, ਮਿਹਰਬਾਨੀ ਹੋਏਗੀ ਜੇ ਕਰ ਲਵੇਗਾ। ਹੁਣ ਸਾਡੀ ਸਲਾਹ ਬਣਦੀ ਹੈ ਟੱਪਣ ਵਾਲੇ ਝੂਲੇ 'ਤੇ ਜਾਣ ਦੀ, ਤਾਂ ਟੱਪਣ ਵਾਲਾ ਝੂਲੇ ਲੈਣਾ ਸਰ। ਬੱਚੇ ਨੂੰ ਨਾ ਅਹਿਮਦ ਨੇ ਛਲਾਂਗ ਲਾਈ ਆ, ਅਹਿਮਦ ਨੇ ਸਿੱਧਾ ਉੱਤੇ ਮਾਰੀ ਛਲਾਂਗ ਇਹਨੇ, ਉਹ ਵਿਚਾਰੇ ਬੱਚੇ ਦਾ ਹੋਂਟ ਫੱਟ ਗਿਆ। ਓ ਓ, ਸਾਡੇ ਕੋਲ ਪੱਡੀ ਵੱਜਦੀ ਨੇ, ਆਈ ਸਿੱਧੀ ਮਾਰਨੇ ਆ ਬਸ ਆਪਣੀ ਯਾਰ ਪਾ ਦੀਏ। ਮੈਂ ਵੀ ਜਾਣਾ ਤੇ ਇਹ ਦੀਲ ਆਇਆ ਮਹਿਮਾਨ ਜੀ, ਤੇ ਇਹ ਵੀ ਰਹਿ ਗਿਆ ਸੀ, ਇਹ ਵੀ ਤੂੰ ਤੇ ਬੜੀ ਬੜੀ ਆਇਆ, ਇੱਕ ਇਹ ਭਵਾਨ ਰਹਿ ਗਿਆ ਸੀ, ਇਹ ਵੀ ਹੁਣ ਆਇਆ, ਤੇ ਕਾਫੀ ਚੱਕਰ ਲਾਏ ਨੇ ਮੇਰੇ ਖਿਆਲ ਨਾਲ। ਮੈਂ ਤੇ 3-4 ਚੱਕਰ ਲਾ ਲਏ, ਪਰ ਇਹਨਾਂ ਨੇ ਕੋਈ ਨੀ ਲਾਏ, ਤੇ ਝੂਲੇ ਵੀ ਨੀ ਹਜੇ ਲਏ ਇਹਨਾਂ ਨੇ। ਅਸੀਂ ਪਰਚੀਆਂ ਤਿਆਰ ਕਰ ਰਹੇ ਹਾਂ, ਇਹ ਅਸੀਂ ਜਾ ਕੇ ਉੱਥੇ ਕਿਸ਼ਤੀ ਦੇ ਉੱਤੇ ਚੜ੍ਹ ਕੇ ਤੇ ਲਟਾਉਣੀਆਂ ਨੇ, ਤੇ ਪਰਚੀਆਂ 3-4 ਜਣੇ ਇਕੱਠੇ ਕਰਨੇ ਪਏ ਆ, ਤਕਰੀਬਨ ਸਾਨੂੰ 20-25 ਮਿੰਟ ਲੱਗ ਗਏ ਨੇ ਪਰਚੀਆਂ ਬਣਾਉਂਦਿਆਂ ਬਣਾਉਂਦਿਆਂ, ਤੇ ਵਾਹਵਾ ਕੋਈ ਬੈਗ ਕੋ ਅਸੀਂ ਪਰਚੀਆਂ ਬਣਾ ਲਈਆਂ ਨੇ ਵੇਲੇ ਯਾਰ, ਅਸੀਂ ਆ ਕਰ ਲਈਆਂ ਨੇ, ਠੀਕ ਆ, ਪਰਚੀਆਂ ਰਹਿ ਗਈਆਂ, ਅਸੀਂ ਜਾ ਤੁਹਾਨੂੰ ਮਿਲ ਕੇ ਸੱਟਾਂਗੇ, ਤੇ ਆ ਮੇਰਾ ਕਦਨ ਹੈ ਯਾਰ, ਇਹਨੂੰ ਲਾਈਕ ਸ਼ੇਅਰ ਕਰ ਦਿਆ ਕਰੋ, ਮਿਲਦੇ ਆ ਤੁਹਾਨੂੰ ਫਿਰ ਉੱਥੇ ਜਾ ਕੇ ਮੇਲੇ ਦੇ। ਯਾਰ ਭਾਈ ਬਹੁਤ ਘਰਾਂ ਡਿੱਗਿਆ, ਠੀਕ ਹੈ, ਇਹਨੂੰ ਘਰ ਜਾ ਕੇ ਦੇ ਦੇਣੇ ਆ।
ਅੱਛਾ ਜੀ, ਨਾਲ ਨਾਲ ਕਿਸ਼ਤੀ ਦੇ ਨਜ਼ਾਰੇ ਲਵੋ ਅਤੇ ਨਾਲ ਨਾਲ ਭਾਈ ਨੂੰ ਦੁਆਵਾਂ 'ਚ ਯਾਦ ਵੀ ਕਰੋ। ਅਤੇ ਇੱਥੇ ਮੈਂ ਵਲੋਗ ਨੂੰ ਕਰ ਰਿਹਾ ਐਂਡ, ਅਤੇ ਭਾਈ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਵੀਡੀਓ ਨੂੰ ਲਾਈਕ ਵੀ ਕਰ ਦਿਓ ਅਤੇ ਬੈਲ ਆਈਕਨ ਦੇ ਬਟਨ ਨੂੰ ਲਾਜ਼ਮੀ ਦਬਾਇਆ ਕਰੋ ਤਾਂ ਕਿ ਮੇਰੀ ਹਰ ਆਉਣ ਵਾਲੀ ਵੀਡੀਓ ਤੁਹਾਨੂੰ ਸਭ ਤੋਂ ਪਹਿਲਾਂ ਮਿਲੇ। ਅੱਲਾਹ ਹਾਫਿਜ਼।